हाँ जी, सत श्री अकाल जी सारे। वधिया फार्म यूट्यूब चैनल से तुहाडा स्वागत है जी। किसान वीरों, अज की जी आप वीडियो बना रहे हैं पिंड चमियारी, तहसील अजनाला, तो जिला अमृतसर। अज की वीडियो में तुहानू चार वैड़ा दिखाउणियां, तो काफ़ी खूबसूरत वैड़ा जिहड़ियां चार तुहानू दिखावांगे। आ देख सकते जी, गलबात हुण आपां वीर जी हुणां करदे हां ते पुछदे सारी डिटेल। सारिया चंगे रिकॉर्ड वालियां वैड़ा तुहानू सोहणियां वैड़ा दिखावांगे। एक आ जर्सी तुहानू दिखाउणी है ते बाकी जिहड़ियां अच्छा वैड़ां दिखाउंदे आ। वीडियो नू पूरी जरूर वेखियो। हाँ जी वीर जी, सत श्री अकाल जी। होर सुनाओ, की हाल चाल जी? चलो वधिया, वेख गया उहदे नाल माल? हां जी वीर जी, उहदे ਚਾਟੀ ਵੇਖ ਗਿਆ ਮਤਲਬ 10-20 ਮਿੰਟਾਂ ਜੀ ਸਰ। ਅੱਛਾ, ਹਾਂਜੀ। ਉਹ ਫੋਨ ਅਜੇ ਤੱਕ ਆਈ ਜਾਣ ਡੇ ਨਾ ਭਰਾਵਾਂ ਦੇ। ਕਿੰਨੇ ਕੁ ਫੋਨ ਪਾਣਾ ਹੈ ਫਿਰ? ਬਹੁਤ ਜ਼ਿਆਦਾ ਫੋਨ ਆਏ, ਫੋਨ ਤੇ ਅਜੇ ਤੱਕ ਆਈ ਜਾਣ ਡੇ ਆ। ਫੋਨ ਤੇ ਮਤਲਬ ਅਜੇ ਵੀ ਕਹੀ ਜਾਂਦੇ ਮੱਛੀਆਂ ਲਿਆਂਦੀਆਂ, ਦੱਸੋ ਮਾ ਕੋਈ ਨੀ ਵੀਡੀਓ 'ਚ ਪਾ ਦਾਂਗੇ। ਉਸ ਦਿਨ ਮੈਡਮ ਬੜੀਆਂ ਸਾਫ਼ ਸੀ ਤੇ ਰੇਟ ਵੀ ਜਾਇਜ਼ ਵੀਰ ਜੀ। ਅੱਜ ਵੀ ਬਹੁਤ ਸਾਫ਼ ਹੈ ਮੱਛੀਆਂ, ਮੈਡਮ ਤੇ ਚਲੋ ਅੱਜ ਵੀ ਸੋਹਣੀਆਂ ਵਾ। ਜਨ ਰੇਟ ਵੇਖੋ ਕੀ ਕਰਦੇ ਜੀ, ਉਹਨਾਂ ਨੂੰ ਵੀ ਚੰਗੀਆਂ ਵਾ ਬੇੜਾ। ਅੱਛਾ, ਹਾਂਜੀ। ਅੱਜ ਰੇਟ ਤੇ ਨਹੀਂ ਚੁੱਕਦੇ ਨੇ, ਉਹ ਤਾਂ ਮਾਲ ਉਸੇ ਲੈ ਵੇਖਿਆ ਸੀ। ਨਹੀਂ ਚੁੱਕਦੇ ਨੇ, ਮਤਲਬ ਮਾਲ ਹੀ ਜ਼ਿਆਦਾ, ਮਤਲਬ ਉਹਨਾਂ ਨਾਲ ਥੋੜਾ ਅੱਛਾ ਚੰਗੀਆਂ ਬਹੁਤ ਜ਼ਿਆਦਾ। ਅੱਛਾ ਮੈਡਮ, ਚੰਗੀਆਂ ਵਾ ਅੱਜ। ਅੱਛਾ, ਅੱਜ ਉਹ ਦੋਨੋਂ ਵੀ ਚੰਗੀਆਂ ਵਾ। ਹਾਂਜੀ, ਆ ਦੋ ਬੱਚੀਆਂ ਤੇ ਪਹਿਲੇ ਨੰਬਰ ਵਾਲੀਆਂ ਜਿਹੜੀਆਂ, ਇਹ ਤਾਂ ਫਾਰਮ ਦੀਆਂ ਵਾ। ਅੱਛਾ ਜੀ, ਹਾਂਜੀ। ਇਹਨਾਂ ਦੀਆਂ ਮਾਵਾਂ ਦਾ ਮਤਲਬ 30 ਤੋਂ ਪਲੱਸ ਰਿਕਾਰਡ ਆ। ਠੀਕ, ਉਹਨਾਂ ਕੋ ਜਿੰਨੀਆਂ ਫਾਰਮ ਦੀਆਂ ਕਾਵਾਂ ਨਾ, ਸਭ 30 ਤੋਂ ਪਲੱਸ ਵਾਲੀਆਂ ਵਾ। ਠੀਕ ਹੈ, ਚਲੋ ਨਾਮ ਦੱਸਦੇ ਕਰੀਏ। ਨਾਮ ਮੇਰਾ ਵੀ ਜੀ ਕਵਲਜੀਤ ਸਿੰਘ। ਹਾਂਜੀ, ਪਿੰਡ ਚਮਿਆਰੀ। ਠੀਕ ਹੈ, ਸੀ ਲਈ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੇ? 98552 0352। ਠੀਕ ਹੈ, ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਬੰਨੀ ਆ। ਹਾਂਜੀ, ਰੰਗ ਰੂਪ ਦੀ ਜਿਹੜੀ ਕਾਫੀ ਸੋਹਣੀ ਕੱਦ ਕਾਠ ਦੀ ਜਿਹੜੀ ਚੰਗੀ ਆ। ਕਿੰਨਵਾਂ ਸੂਆ ਸੋਨਾ ਵੀਰ ਜੀ ਨੇ? ਇਹ ਵੀ ਪਹਿਲਾ ਸੂਆ ਸੋਨੀ ਜੀ। ਅੱਛਾ, ਪਹਿਲਾ ਸੂਆ ਹੀ ਸੋਨੀ ਆ। ਬੜੀ ਵੱਡੀ ਵੈੜ ਪਾਣੀ ਆ, ਦੂਜੇ ਸੂਏ ਤੇ ਮਤਲਬ ਬਹੁਤ ਜ਼ਿਆਦਾ ਵੱਡੀ ਅੱਛੀ ਪਾਣੀ। ਠੀਕ ਹੈ, ਹੁਣੇ ਕੱਦ ਕਾਫੀ ਉੱਚਾ ਨੇ। ਹਾਂਜੀ, ਬਹੁਤ ਜ਼ਿਆਦਾ ਕੱਦ ਦਾ ਹਾਲਾ ਮੇਰੇ ਮੋਢੇ ਤੋਂ ਵੀ ਤਾਂ ਜਾਣਦੀ ਆ। ਆ ਦੇਖ ਸਕਦੇ ਜੀ ਵੀਰ ਜੀ, ਉਹਨਾਂ ਦੀ ਹਾਈਟ ਦੇ ਲੱਗ ਗਈ ਆ ਜਿਹੜੀ। ਠੀਕ ਹੈ, ਤੇ ਠੰਡੀ ਧੀਰੀ ਆ ਉਹ, ਅਜੇ 15 ਦਿਨ ਲੈ ਜੂਗੀ। ਬਾਕੀ ਗੈਪ ਉਹਨਾਂ ਦਾ ਦੇਖ ਸਕਦੇ, ਥਣਾ ਦਾ ਸਾਈਜ਼ ਵੀ ਚੰਗਾ ਤਿਆਰ ਕਰੂਗੀ ਤੇ ਗੈਪ ਵੀ ਚੰਗਾ ਵਾ। ਕਿੰਨਾ ਦੁੱਧ ਵੀਰ ਜੀ ਪਹਿਲੇ ਸੂਏ ਚ ਵਾਜੂਗੀ? ਦੁੱਧ ਵੀਰ ਜੀ ਮਤਲਬ ਉਹ ਤੇ ਜ਼ਿਆਦਾ ਨਹੀਂ, ਚਲੋ ਆਪਾਂ 20 ਤੋਂ ਪਲੱਸ ਚੱਲੂਗੀ। ਅੱਛਾ, ਹਾਂਜੀ 20 ਤੋਂ ਪਲੱਸ ਜਿਹੜਾ ਨਾਰਮਲ ਚੱਲੀ ਜਾਊਗਾ। ਫਾਰਮ ਜੇ ਲਈਆਂ ਨਾ ਤਾਂ ਸਾਰੀਆਂ ਹੀ ਗਾਵਾਂ ਵੱਡੀਆਂ ਮਤਲਬ 30 ਤੋਂ ਪਲੱਸ ਵਾਲੀਆਂ। ਠੀਕ ਹੈ, ਹਾਂਜੀ, ਖੋਲੋ ਫਿਰ ਤੋਰੀ ਇੱਕ ਰੀਨ। ਇਸ ਤੋਂ ਬਾਅਦ ਚ ਤੁਹਾਨੂੰ ਇੱਕ ਕਾਫੀ ਖੂਬਸੂਰਤ ਇੱਕ ਵੈੜ ਤੁਹਾਨੂੰ ਦਿਖਾਉਣੀ ਹੈ। ਆ ਜਿਹੜੀ ਆ ਪਹਿਲੇ ਸੂਏ ਵੈੜ ਜਿਹੜੀ ਸੋਹਣੀ ਹੈ, ਰੰਗ ਰੂਪ ਦੀ ਜਿਹੜੀ ਆਪਾਂ ਦੇਖ ਸਕਦੇ ਕਾਫੀ ਸੋਹਣੀ ਹੈ ਤੇ ਕੱਦ ਕਾਠ ਦੀ ਵੀ ਚੰਗੀ ਹੈ। ਕਿੰਨਾ ਕੁ ਟਾਈਮ ਵੀਰ ਜੀ ਅਜੇ ਲੈ ਜਾਓ ਸੋਨ ਚ? ਅੱਛਾ, 15 ਦਿਨ ਅਜੇ ਲੈ ਜਾਓਗੇ? ਠੀਕ ਹੈ, ਠੀਕ ਹੈ ਜੀ, ਚਲੋ ਠੀਕ ਹੈ ਫਿਰ, ਹੈ ਨਾ, ਚਲੋ ਲੈ ਜਾ ਫਿਰ, ਹੈ ਨਾ। ਬਾਕੀ ਸੋਹਣੀ ਵੈੜ ਆ। ਦੇਖ ਸਕਦੇ ਚੰਗੇ ਪ੍ਰਿੰਟ ਦੀ ਮਾਲਕ ਹੈ ਜਿਹੜੀ ਹੈ, ਦੇਣ ਅਜੇ 15 ਖੜਦੀ ਆ। ਮੁੱਲ ਜਿਹੜਾ ਹੁਣ ਇਹਦਾ ਪੁੱਛ ਲੈਂਦੇ ਆਪਾਂ, ਹਵਾਨਾ ਸੂਨ ਤੱਕਰ ਚੰਗਾ ਭਰੂਗੀ, ਉਂਝ ਹਾਈਟ ਵੀ ਠੀਕ ਹੈ ਤੇ ਬਾਕੀ ਗਾਹ ਨੂੰ ਵੀ ਹਵਾਨਾ ਚੰਗਾ ਤਿਆਰ ਕਰੂਗੀ। ਆ ਦੇਖ ਸਕਦੇ ਜੀ, ਕੀ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ? ਮੁੱਲ ਵੀਰ ਜੀ ਹੁਣ ਇਹਦਾ 52,000 ਰੁਪਇਆ ਵਾ। ਅੱਛਾ, ਅੱਜ ਦੇ ਟਾਈਮ ਦਾ? ਠੀਕ ਹੈ, ਹਾਂਜੀ, ਤੇ ਜੇ ਤਿਆਰ ਇੱਥੇ ਮਤਲਬ ਸੂਕੇ ਕੇ ਵੇਚੇ ਆ ਤੇ ਫਿਰ ਹੋ ਜੂਗਾ। ਅੱਛਾ, ਤੇ 52 ਜੋ ਕਰੋਗੇ ਮਾਨਤਨ? ਮਾਨਤਨ ਵੀਰ ਜੀ ਹੋ ਜੂਗਾ ਬੱਚੀ, ਇਹਦਾ ਵੀਰ ਜੀ 65,000 ਦੀ ਆ। ਅੱਛਾ, ਹਾਂਜੀ, ਠੀਕ ਹੈ, ਤੇ ਇਹ ਆ ਵੀ ਥੋੜੀ 15 ਦਿਨ ਕੱਚੀ ਕਰਕੇ, ਤੇ ਤੁਹਾਨੂੰ ਪਤਾ ਬੱਚੀ ਬਹੁਤ ਸਾਫ਼ ਸੁਥਰੀ ਹੈ। ਠੀਕ ਹੈ, ਤੇ ਹੁਣ 52 ਜੋ ਮਾਨ ਕਰੋਗੇ? ਹੋ ਜੂਗੀ ਜੀ, ਬਾਕੀ ਕੋਈ ਵੀਰ ਫੋਨ ਲਾਵੇ ਮੌਕੇ ਤੇ ਹੋ ਜੂਗਾ ਮਾਨ, ਹੈ ਨਾ। ਠੀਕ ਹੈ, ਹੁਣ ਆ ਜਿਹੜੀ ਦੂਸਰੇ ਨੰਬਰ ਤੇ ਇੱਕ ਵੈੜ, ਇਹ ਵੀ ਕਾਫੀ ਖੂਬਸੂਰਤ ਹੈ ਤੇ ਚੰਗੇ ਕੱਦ ਕਾਠ ਵਾਲੀ ਹੈ। ਥਣਾ ਦਾ ਗੈਪ ਤੇ ਥਣਾ ਦਾ ਸਾਈਜ਼ ਵੀ ਦੇਖ ਸਕਦੇ ਜੀ, ਕਾਫੀ ਸੋਹਣਾ ਵਾ ਤੇ ਬੋਡੀ ਵੇਟ ਵੀ ਚੰਗਾ ਵਾ। ਚਿਹਰੇ ਦੀ ਇੱਕ ਵਾਰੀ ਦੇਖ ਸਕਦੇ ਜੀ, ਬੋਦੀ ਵਾਲੀ ਵੈੜ ਆ। ਦੱਸੀਏ ਵੀਰ ਜੀ ਇਹਦੇ ਬਾਰੇ ਵੀ? ਇਹ ਵੀਰ ਜੀ ਮੂੰਹ ਖੀਰੀ ਜੇ ਜੇ। ਅੱਛਾ, ਖੀਰੀ ਹੈ ਮੂੰਹ? ਅਜੇ ਕੋਈ ਮਤਲਬ ਥੋੜੇ ਦੰਦ ਤੋੜੇ ਨਹੀਂ ਜਨੇ। ਚੈੱਕ ਕੀਤੇ ਤੁਸੀਂ ਦੰਦ? ਬਿਲਕੁਲ ਵੀਰ ਜੀ, ਤਸੱਲੀ ਕੀਤੀ, 2 ਮਹੀਨੇ ਦੀ ਮੱਛੀ ਸਾਰੀ। ਦਿਖਾਓ ਹੁਣ ਭਲਾ ਦੰਦ ਖਾਈਏ ਇਹਦੇ ਸਭ ਤੋਂ ਪਹਿਲਾਂ ਤੇ। ਬਾਕੀ ਹਾਈਟ ਜਿਹੜੀ ਇਹਦੀ ਕਾਫੀ ਚੰਗੀ ਆ ਤੇ ਖੀਰੀ ਵੈੜ ਆ ਜਿਹੜੀ। ਮੂੰਹ ਫੜਾਉਣ ਤੋਂ ਥੋੜ੍ਹਾ ਜਿਹਾ ਕਰਦੀ ਆ, ਫਿਰ ਵੀ ਕੋਸ਼ਿਸ਼ ਜ਼ਰੂਰ ਕਰਾਂਗੇ, ਤਾਂ ਤੁਹਾਨੂੰ ਜਲਾ ਦਿਖਾਵਾਂਗੇ ਜ਼ਰੂਰ। ਆ ਦੇਖ ਸਕਦੇ ਜੀ, ਹੈਗੀ ਪਿਓਰ ਖੀਰੀ ਜੀ। ਆ ਦੇਖ ਸਕਦੇ, ਆ ਦੇਖ ਸਕਦੇ ਪਿਓਰ ਖੀਰੀ ਆਪਾਂ ਦੇਖ ਸਕਦੇ ਜੀ, ਕੋਈ ਦੰਦ ਨਹੀਂ ਜਿਹੜਾ ਇਹਨੇ ਤੋੜਿਆ। ਹਾਂਜੀ ਹਾਂਜੀ, ਪਿਓਰ ਖੀਰੀ ਹੈ।
ਠੀਕ ਹੈ ਵੀਰ ਜੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੂਈ ਨੂੰ ਜੀ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਹਾਂਜੀ ਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ ਇਹਦੇ ਬੋਲਾ ਜੀ 15 ਕਿਲੋ ਤਿਆਰ ਜੀ ਇਸ ਟਾਈਮ ਤੇ 15 ਲੀਟਰ ਤਿਆਰ ਆ ਹਾਂਜੀ ਬਿਲਕੁਲ ਇਸ ਟਾਈਮ ਤਿਆਰ ਆ ਅੱਛਾ ਇਹ ਕਿੰਨਾ ਕੁ ਚਵਾ ਦੋਗੀ ਇਹ ਵੀ ਜੀ 20 ਤੋਂ ਪਲਾਸੀ ਚੱਲੂਗੀ 20 ਤੋਂ ਪਲਾਸੀ ਅੱਛਾ 24 25 ਦੇ ਲਾਗੇ ਚੱਲੂਗੀ ਹਾਂਜੀ ਜੀ ਬਿਲਕੁਲ ਕਰੂਗੀ ਠੀਕ ਹੈ ਲੈ ਜਾ ਫਿਰ ਤੋਰੀ ਇੱਕ ਰੀ ਨਾ ਬਾਕੀ ਆ ਦੇ ਸਕਦੇ ਜੀ ਪਿਓਰ ਛੀਰੀ ਆ ਕੋਈ ਦੰਦ ਜਿਹੜਾ ਜੇ ਤੋੜਿਆ ਵੀ ਨਹੀਂ ਇਹਨੇ ਤੇ ਹਾਈਟ ਵੀ ਆਪਾਂ ਦੇਖ ਸਕਦੇ ਚੰਗੀ ਆ ਤੇ ਮੌਕੇ ਤੇ ਜਿਹੜਾ ਵਾ 15 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਜੇ ਬੋਲਾ ਹੀ ਦੱਸ ਦੇ ਤਿਆਰ 15 ਲੀਟਰ ਤੇ 20 ਤੋਂ ਪਲੱਸ ਹੀ ਜਿਹੜਾ ਇਹ ਵੀ ਕਹਿੰਦੇ ਚੱਲੂਗੀ ਲੈ ਜਾ ਵੀਰ ਜੀ ਬਾਕੀ ਬੋਡੀ ਵੇਟ ਵੀ ਚੰਗਾ ਸਭ ਵੀ ਚੰਗੀ ਆ ਕਿਸੇ ਵੀਰ ਚਿਹਰੇ ਦੀ ਵੀ ਜਿਹੜੀ ਸੋਹਣੀ ਆ ਬੋਦੀ ਵਾਲੀ ਵੈੜ ਹਾਂਜੀ ਲੈ ਜਾ ਵੀਰ ਜੀ ਪਾਣੀ ਜਿਹੜਾ ਜੀ ਇਹਨੇ ਪੀਣਾ ਬਾਕੀ ਰੰਗ ਰੂਪ ਇਹਦਾ ਵੀ ਦੇਖ ਸਕਦੇ ਹਾਂ ਕਾਫੀ ਸਾਫ਼ ਆ ਅਤੇ ਹਵਾਨਾ ਵੀ ਇੱਕ ਦੇ ਥੱਲਿਓਂ ਲੱਗ ਗਿਆ ਤਾਂ ਦੇਖ ਸਕਦੇ ਜੀ ਕਾਫੀ ਸੋਹਣੀਆਂ ਨਾੜਾਂ ਵਾ ਹਵਾਨੇ ਦੇ ਪਿੱਛੇ ਵੀ ਹਵਾਨਾ ਵੀ ਜਿਹੜਾ ਚੰਗਾ ਤਿਆਰ ਕੀਤਾ ਪਹਿਲੇ ਸੂਹੇ ਜਿਹੜੀ ਮੂੰਹ ਠੀਰੀ ਵੀ ਆ ਹਵਾਨਾ ਵੀ ਦੇਖ ਸਕਦੇ ਸੋਹਣਾ ਵਾ 20 ਤੋਂ ਪਲੱਸ ਦੁੱਧ ਜਿਹੜਾ ਵੇਲਦੀਆਂ ਨਹੀਂ ਕਹਿੰਦੇ ਕਿ ਇਹ ਵੀ ਚਵਾ ਦੂਗੀ ਪਹਿਲੇ ਸੂਹੇ ਹੀ ਚਿਹਰਾ ਇਹਦਾ ਇੱਕ ਵਾਰੀ ਫਿਰ ਤਾਂ ਦਿਖਾਈਏ ਤੁਹਾਨੂੰ ਸੋਹਣੇ ਚਿਹਰੇ ਦੀ ਮਾਲਕ ਹੈ ਵੀ ਛੋਟਾ ਜਿਹਾ ਫੇਸ ਆ ਛੋਟੇ ਛੋਟੇ ਕੰਨ ਆ ਅਤੇ ਬੋਦੀ ਵੀ ਜਿਹੜੀ ਸੋਹਣੀ ਆ ਆ ਵੈੜਾਂ ਜਿਹੜੀਆਂ ਦੋਵੇਂ ਸੋਹਣੀਆਂ ਮੈਂ ਪਹਿਲੇ ਨੰਬਰ 'ਤੇ ਜਿਹੜੀਆਂ ਤੁਹਾਨੂੰ ਦਿਖਾਈਆਂ ਇਹਦਾ ਵੀ ਵੀਰ ਜੀ ਫਿਰ ਮੁੱਲ ਆਪਾਂ ਦੱਸੀਏ ਜੇ ਅੱਜ ਇਹਦਾ ਮੁੱਲ ਵੀਰ ਜੀ ਜਾਇਜ਼ ਆ ਕਰਨ ਤੋਂ ਲੋਕ ਇਹੋ ਜਿਹੀਆਂ ਵਸਤੀਆਂ 65-70 ਕਰੀ ਜਾਂਦੇ ਆ ਹਾਂਜੀ ਪਰ ਆਪਾਂ 55,000 ਦੇ ਦਾਂਗੇ 55,000 ਦੀ ਦੋਗੇ ਹਾਂਜੀ ਕਰੋ ਕਿ ਮਾਨ ਉੱਚੋਂ ਹਾਂਜੀ ਵੀਰ ਜੀ ਹੋ ਜੂਗਾ 55 'ਚ ਮਾਨ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਆਪਾਂ ਕਰ ਦਿਆਂਗੇ ਹਾਂ ਦੇ ਸਕਦੇ ਜੀ ਬਾਕੀ ਹੁਣ ਜਿਹੜੀ ਆ ਤੁਹਾਨੂੰ ਤੀਸਰੇ ਨੰਬਰ 'ਤੇ ਇੱਕ ਹੋਰ ਵੈੜ ਦਿਖਾਉਣੀ ਆ ਥਣ ਬੜਾ ਪਿਆਰਾ ਇਹਦੇ ਕੋਲ ਵੀ ਆ ਦੇ ਸਕਦੇ ਜੀ ਗੈਰ ਥਣਾਂ ਦਾ ਚੰਗਾ ਗੁਲਾਬੀ ਰੰਗ ਦੇ ਜਿਹੜੇ ਚਾਰੇ ਥਾਣੇ ਆ ਅਤੇ ਸਾਈਜ਼ ਵੀ ਬੜਾ ਪਿਆਰਾ ਵਾ ਸੋਹਣੇ ਲੱਗਦੇ ਆ ਥਣ ਜਿਹੜੇ ਗੁਲਾਬੀ ਰੰਗ ਦੇ ਇਹਨੇ ਵੀਰ ਜੀ ਕਿੰਨਵਾਂ ਸੂਆ ਸੋਣਾ ਜੀ ਦੂਜਾ ਸੂਆ ਸੋਣੀ ਜੀ ਅੱਛਾ ਇਹਨੇ ਦੂਸਰਾ ਸੂਆ ਸੋਣਾ ਹੈ ਹਾਂਜੀ ਅਤੇ ਇਹ ਕਿੰਨਾ ਟਾਈਮ ਖੜਦੀ ਹੈ ਜੇ ਸੋਣ 'ਚ ਇਹ ਵੀਰ ਜੀ ਲੈ ਜੂਗੀ ਮਤਲਬ ਹਫ਼ਤੇ ਦੇ ਅੰਦਰ ਹੀ ਸੂਪੂਗੀ ਹਫ਼ਤੇ ਦੇ ਅੰਦਰ ਸੂਪੂਗੀ ਹਾਂਜੀ ਅਤੇ ਇਹ ਕਿੰਨਾ ਕੁ ਦੁੱਧ ਚਵਾ ਦੂਗੀ ਦੁੱਧ ਵੀਰ ਜੀ ਇਹ ਕੋਈ 15-16 ਕਿਲੋ ਕਰੀ ਜਾਊਗੀ ਅੱਛਾ 15-16 ਲੀਟਰ ਕਰੀ ਜਾਊਗੀ ਹਾਂਜੀ ਠੀਕ ਹੈ ਅਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ ਹੀ ਆ ਕਿੰਨਾ ਕੁ ਇਹਦਾ 37,000 ਰੁਪਏ ਅੱਛਾ 37,000 ਹਾਂਜੀ ਮਾਨ ਚਲੋ ਵਿੱਚ ਹੋ ਜੂਗਾ ਹੋ ਜੂਗੀ ਠੀਕ ਹੈ ਖੋਲੋ ਫਿਰ ਤੋਰੀਏ ਇਹਨੂੰ ਤੋਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆਹ ਜਿਹੜੀ ਖੀਰੀ ਵੈੜ ਆ ਉਹਦਾ ਜਿਹੜਾ ਬੱਚਾ ਮਗਰ ਵੱਛਾ ਜੇ ਆ ਵਾਲਾ ਬੱਚਾ ਜਿਹੜਾ ਉਹਦਾ ਵਿਖਾਉਣਾ ਦਾ ਰਹਿ ਗਿਆ ਆਹ ਜਿਹੜਾ ਉਹਦਾ ਬੱਚਾ ਜੇ ਜਿਹੜੀ ਦੂਸਰੇ ਨੰਬਰ 'ਤੇ ਖੀਰੀ ਵੈੜ ਤੁਹਾਨੂੰ ਦਿਖਾਈ ਹੈ ਅਤੇ ਆਹ ਗੱਬਨ ਵੈੜ ਤੁਹਾਨੂੰ ਦਿਖਾਉਣੀ ਹੈ ਥਣ ਬੜਾ ਪਿਆਰਾ ਇਹਦੇ ਕੋਲ 15-16 ਲੀਟਰ ਦੇ ਕਰੀਬ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹ ਵੀ ਚਵਾਈ ਜਾਊਗੀ ਠੀਕ ਹੈ ਵੀਰ ਜੀ ਦੂਸਰੇ ਪਾਸੇ ਤਾਂ ਵੀ ਥਾਣੇ ਦੇ ਕਰੀ ਲੱਗ ਗਏ ਤਾਂ ਤੁਹਾਨੂੰ ਦਿਖਾ ਦਈਏ ਹੁਣ ਜਿਹੜੀ ਆ ਚੌਥੇ ਨੰਬਰ 'ਤੇ ਇੱਕ ਹੋਰ ਆ ਜਰਸੀ ਤੁਹਾਨੂੰ ਦਿਖਾਉਣੀ ਆ ਚਿਹਰਾ ਇਹਦਾ ਦੇਖ ਸਕਦੇ ਜੀ ਦੱਸੀਏ ਵੀਰ ਜੀ ਇਹਦੇ ਬਾਰੇ ਇਹਨੇ ਕਿੰਨਵਾਂ ਸੂਹਾ ਸੋਣਾ ਜੀ ਦੂਜਾ ਸੂਹਾ ਜੀ ਅੱਛਾ ਜੀ ਦੂਸਰਾ ਸੂਹਾ ਆ ਹਾਂਜੀ ਅਤੇ ਇਹ ਕਿੰਨਾ ਕੁ ਟਾਈਮ ਅਜੇ ਸੂਣ 'ਚ ਖੜਦੀ ਜੀ ਇਹਦਾ ਵੀ ਵੀਰ ਜੀ ਕਾਫੀ ਬਣੀ ਆ ਉਦੋਂ ਹਾਂਜੀ ਅਤੇ ਲੈ ਜੂਗੀ ਇਹ ਵੀ ਮਤਲਬ ਹਫ਼ਤੇ ਦੇ ਅੰਦਰ ਸੂਪੂਗੀ ਹਫ਼ਤੇ ਦੇ ਅੰਦਰ ਜਿਹੜਾ ਸੂਪੂਗੀ ਥਾਣੇ ਦੇ ਵੀ ਇੱਕ ਵਾਰੀ ਲੱਗ ਰਿਹਾ ਤੁਹਾਨੂੰ ਦਿਖਾ ਦਈਏ ਦੋਵਾਂ ਪਾਸਿਆਂ ਤੋਂ ਆ ਦੇ ਸਕਦੇ ਜੀ 5-6 ਦਿਨ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਖੜੂਗੀ ਅਤੇ ਹਫ਼ਤੇ ਦੇ ਅੰਦਰ ਹੀ ਜਿਹੜਾ ਸੋਪੂਗੀ ਇਹ ਕਿੰਨਾ ਕੁ ਦੁੱਧ ਵੀਰ ਜੀ ਚਵਾ ਦੂਗੀ ਦੁੱਧ ਵੀਰ ਜੀ ਇਹ ਵੀ 18 ਲੀਟਰ ਚਵਾ ਦੂਗੀ ਅੱਛਾ 18 ਲੀਟਰ ਦੇ ਕਰੀਬ ਚਵਾ ਦੂਗੀ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਪਿਓਰ ਜਰਸੀ ਆ ਬਰੀਡ ਦੇਖੋ ਕਿੰਨੀ ਆ ਹਾਂਜੀ ਹਾਂਜੀ ਖੋਲੋ ਫਿਰ ਤੋਰੀ ਇੱਕ ਰੀ ਨਾ ਬਾਕੀ ਪੰਜਾਬ ਵਾਲੀ ਜਰਸੀ ਆ ਚਿਹਰਾ ਜਿਹੜਾ ਇਹਦਾ ਵੀ ਸੋਹਣਾ ਵਾ ਕੱਦ ਕਾਠ ਜਿਹੜਾ ਇਹਦਾ ਚੰਗਾ ਹੈ ਅਜੇ ਹਵਾਨਾ ਜਿਹੜਾ ਇਹਨੇ ਚੰਗਾ ਭਰਨਾ ਸੋਣ ਤੱਕ ਠੀਕ ਹੈ ਵੀਰ ਜੀ ਚੰਗੇ ਕੱਦ ਵਾਲੀ ਜਰਸੀ ਜਿਹੜੀ ਤੁਹਾਨੂੰ ਦਿਖਾਉਂਦੇ
काम जरा अजे वीर जी उन्होंने नवा नवा शुरू किया तो पशु जोड़े सोहने लिया वीर जी उन्होंने दसीए वीर जी फिर मुल एदा भी आप चार वकाऊ किते चारे वैरा जेडिया सोहनिया वा बाकी कोई वीर इत्थे आ के अपनी तसली करके पसंद करके खड़े जी। हां जी दोस्तों वीडियो ने पूरा देखने लई बहुत बहुत धन्यवाद जी।